ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਦ ਹਰਸ਼ ਚੁੱਕ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਯਾਰ ਸਾਰਿਆਂ ਦਾ। ਕੀ ਹਾਲ ਚਾਲ, ਠੀਕ ਹੋ? ਅੱਜ ਆਪਾਂ ਗੱਲ ਕਰਾਂਗੇ ਕੁਛ ਪੰਜਾਬੀ ਇੰਡਸਟਰੀ ਦੀ, ਬੋਲੀਵੁੱਡ ਇੰਡਸਟਰੀ ਦੀ। ਹਮੇਸ਼ਾ ਉਹਦੀ ਗੱਲ ਕਰਦੇ ਹਾਂ, ਬੋਲੀਵੁੱਡ ਇੰਡਸਟਰੀ ਬਹੁਤ ਯਾਰ ਗਰੋਥ ਕਰ ਰਹੀ ਹੈ। ਗੁਰੂ ਰੰਧਾਵਾ, ਬੱਬੂ ਮਾਨ ਜਿਵੇਂ ਬੜੇ ਸਿੰਗਰਸ ਨੇ ਆਪਣੇ। ਅੱਜ ਇੱਕ ਹੋਰ ਸਿੰਗਰ ਪਾਸੇ ਗੱਲ ਕਰਾਂਗੇ ਆਪਾਂ, ਬਹੁਤ ਅੱਛਾ ਨਾਮ ਹੈ ਸਿੰਗਰ ਦਾ। ਸਿੰਗਰ ਦਾ ਨਾਮ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਸਿੰਗਰ ਬਹੁਤ ਵਧੀਆ ਨੇ, ਤੁਸੀਂ ਚੈੱਕਆਊਟ ਕਰ ਹੀ ਲਿਆ ਹੋਏਗਾ ਪਹਿਲੇ ਪੋਸਟ ਵਿੱਚ। ਬੋਲੀਵੁੱਡ ਇੰਡਸਟਰੀ ਜਿਹੜੀ ਪੰਜਾਬੀ ਇੰਡਸਟਰੀ ਹੈ ਬਹੁਤ ਉੱਪਰ ਹੈ, ਮੈਂ ਤੁਹਾਨੂੰ ਦੱਸਦਾ ਇੱਕ ਦਿਨ ਉਹ ਬੋਲੀਵੁੱਡ ਤੋਂ ਵੀ ਉੱਪਰ ਜਾਏਗੀ। ਬੋਲੀਵੁੱਡ ਇੰਡਸਟਰੀ ਦੇ ਜਿਹੜੇ ਸਿੰਗਰਸ ਨੇ ਬਹੁਤ ਅੱਛਾ ਕਰਦੇ ਨੇ ਕੰਮ, ਮਿਊਜ਼ਿਕ ਹੈ ਬਹੁਤ ਅੱਛਾ ਹੈ। ਕਈ ਸਿੰਗਰਸ ਨੇ ਥੋੜ੍ਹਾ ਨਹੀਂ ਕਰ ਰਹੇ ਵਧੀਆ, ਕਿਉਂਕਿ ਉਹ ਪਤਾ ਨਹੀਂ ਕਿਵੇਂ ਦੇ ਗਾਣੇ ਬਣਾਉਂਦੇ, ਪਰ ਕੋਈ ਨਾ, ਕਈ ਜਿਹੜੇ ਹੈ ਬਹੁਤ ਵਧੀਆ ਨੇ। ਪੋਜ਼ਿਟਿਵ ਸਾਈਡ ਲਈਏ ਤਾਂ ਆਪਾਂ ਬਹੁਤ ਵਧੀਆ ਸਿੰਗਰਸ ਵੀ ਨੇ ਆਪਣੇ ਕੋਲ, ਨੈਗੇਟਿਵ ਲਈਏ ਤਾਂ ਫਿਰ ਬਹੁਤ ਘਟੀਆ ਵੀ ਆ ਜਾਣਗੇ, ਪਰ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ। ਅੱਜ ਗੱਲ ਕਰ ਰਹੇ ਹਾਂ ਆਪਾਂ ਵਾਈਟ ਹਿਲ ਮਿਊਜ਼ਿਕ ਦੀ, ਅਰੇ ਰਿਕਾਰਡ ਦੇ ਅੰਦਰ ਰਿਲੀਜ਼ ਹੋਣਾ ਰਿਕਾਰਡ ਦੇ ਅੰਦਰ। ਨਾਮ ਹੈ ਸਿੰਗਰ ਦਾ ਸਹਿਜਾਦਾ, ਸਿੰਗਰ ਦਾ ਨਾਮ ਹੈ, ਬਹੁਤ ਅੱਛਾ ਨਾਮ ਹੈ, ਹੀਰੋ ਵਰਗਾ ਨਾਮ ਰੱਖਿਆ ਸਹਿਜਾਦਾ। ਸੌਂਗ ਦਾ ਨਾਮ ਬਹੁਤ ਵਧੀਆ, ਇੰਟਰਸਟਿੰਗ ਹੈ। ਪਾਰਟੀ ਜਾਰੀ ਚਲਦੀ ਹੁੰਦੀ ਹੈ ਅੱਜ ਕੱਲ੍ਹ ਰਾਤੀ ਲੋਕਾਂ ਦੀ, ਪਾਰਟੀ ਕਾਰ ਮੇਂ। ਅੱਜ ਕੱਲ੍ਹ ਆਪਾਂ ਸੁਣੇ ਪਾਰਟੀ ਰੈਸਟੋਰੈਂਟ ਮੇਂ ਕਰਤੇ ਹੈ, ਕਈ ਸ਼ੋਪ ਮੇਂ, ਕਈ ਵਧੀਆ ਸੀਗਾ। ਪਾਰਟੀ ਕਾਰ ਮੇਂ ਬਹੁਤ ਅੱਛਾ ਗਾਣਾ ਇਹਨਾਂ ਨੇ ਕੱਢਿਆ, ਨਾਮ ਬਹੁਤ ਅੱਛਾ ਹੈ। ਇਹਦੇ ਡਿਟੇਲਸ ਬਾਰੇ ਗੱਲ ਕਰੀਏ ਤਾਂ ਮਿਊਜ਼ਿਕ ਇੱਥੇ ਚੈਨੀ ਸਿੰਘ ਨੇ, ਲਿਰਿਕਸ ਇੱਥੇ ਸਹਿਜਾਦਾ ਅਤੇ ਸੈਮਟੀ ਨੇ, ਡਾਇਰੈਕਟਰ ਨੇ ਫੈਜ਼ਲ ਸਹੀਦ, ਪ੍ਰੋਜੈਕਟ ਹੈ ਐਮ ਕਿਊ ਦਾ, ਅਤੇ ਰਾਈਟ ਹਿਲ ਮਿਊਜ਼ਿਕ ਰਿਕਾਰਡਸ ਦੇ ਅੰਦਰ ਰਿਲੀਜ਼ ਹੋ ਰਿਹਾ, ਮਤਲਬ ਉਹਨਾਂ ਦੇ ਅੰਦਰ ਲੇਬਲ ਦੇ ਅੰਦਰ। ਅਤੇ ਤੁਸੀਂ ਚਲੋ ਮੇਰੇ ਚੈੱਕਆਊਟ ਕਰੋ ਇਸ ਪੋਸਟਰ ਨੂੰ। ਹਾਂਜੀ ਪੋਸਟਰ ਦੇਖ ਲਿਆ, ਬਹੁਤ ਵਧੀਆ ਲੱਗਾ ਪੋਸਟਰ। ਉਸ ਤੋਂ ਪਹਿਲਾਂ ਤੁਹਾਨੂੰ ਦਿਖਾਈਏ ਹੋਰ ਚੀਜ਼ਾਂ, ਦੱਸੀਏ ਪਾਰਟੀ ਕਾਰ ਮੇਂ ਪਾਰਟੀ ਕਿਵੇਂ ਕਰਦੇ ਹੋਣਗੇ, ਜਿੱਦੇ ਕਲੱਬ ਵਗੈਰਾ ਕੀ ਬਣਾਉਂਦੇ ਨੇ। ਉਸ ਤੋਂ ਬਾਅਦ ਤੁਸੀਂ ਚੈੱਕਆਊਟ ਕਰੋ ਇਸ ਪੋਸਟ ਨੂੰ। ਹੁਣ ਗੱਲ ਕਰਦੇ ਹਾਂ ਪਾਰਟੀ ਕਾਰ ਮੇਂ ਕਿਵੇਂ ਕਰਨਗੇ, ਕਲੱਬ ਕਲੁੱਬ ਬਣਾਉਣਗੇ, ਬਾਰ ਬੁਰ ਬਣਾਉਣਗੇ, ਦੇਖਦੇ ਹਾਂ ਕਿਵੇਂ ਦਾ ਰੋਮੈਂਟਿਕ ਸੌਂਗ ਹੁੰਦਾ ਹੈ, ਮਤਲਬ ਕੋਈ ਵਧੀਆ ਸੌਂਗ ਹੁੰਦਾ, ਕੋਈ ਧਮਾਕੇਦਾਰ ਹੁੰਦਾ, ਧਮਾਕਾ ਬੇਸ ਵਾਲਾ ਹੁੰਦਾ, ਕਿਵੇਂ ਦਾ ਹੁੰਦਾ, ਰੈਪਿੰਗ ਕਰਦੇ ਕੀ ਕਰਦੇ, ਕੁਛ ਪਤਾ ਨਹੀਂ ਸਾਨੂੰ। ਲੈਟਸ ਸੀ ਵਿਦ ਇਨ ਅ ਫਿਊ ਡੇਜ਼ ਔਫ ਵਿਦ ਇਨ ਅ ਫਿਊ ਵੀਕਸ ਨਹੀਂ ਡੇਜ਼ ਹੀ ਹੈ, 23 ਨੂੰ ਰਿਲੀਜ਼ ਹੋਣਾ ਇਹਨੇ। ਬਹੁਤ ਅੱਛਾ ਗਾਣਾ ਹੋਊਗਾ ਸਹਿਜਾਦਾ ਦਾ। ਚੈਨੀ ਸਿੰਘ ਅਤੇ ਸਾਡੀ ਟੀਮ ਵੱਲੋਂ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾ ਕਿ ਨਵੇਂ ਨਵੇਂ ਗਾਣੇ ਲੈਂਦੇ ਰਹੋ, ਅਤੇ ਬਹੁਤ ਬਹੁਤ ਸ਼ੁਭਕਾਮਨਾ ਟੀਮ ਸਿੰਘ ਨੂੰ।